हेलो Under the direction of our senior officers regarding smuggling of illegal weapons, arms and ammunition, we got some reliable inputs कि कुछ वेपन्स की स्मगलिंग हो रही है एट स्टूडेंट्स लैवल ऑलसो तो इनपुट्स के बेसिस से आप जो है खालसा कॉलेज के नेड़े ना एक नाका लगाया सेगा कि सानू इनफॉर्मेशन सी कि उत्थे एक इनोवा गड्डी ने आना है जिथे एक वेपन्स की सप्लाई अगे करनी है सो आप उन्होंने ट्रैप लगा के नैप किया एंड उस गड्डी चो जिहड़ा दो वेपन्स एक लॉ स्टूडेंट सीगा नेमली सहज प्रताप सिंह son of Navteej Singh. He is just 21 years old and third year the law student si gaye. Te ede kolon ede dab chon ek pistol, do round and after jado car check kiti te car de dashboard chon ek hor pistol plus four magazines and 9 live cartridges te ek empty shell jada hai bramad hoya. उस तो बाद आपां रिमांड लिया एक दिन का सानू रिमांड मिलिया एंड रिमांड दे वी दौरान जिहड़ा है एक होर वैपन की रिकवरी ने करवाई है तो टिल द टाइम वी आर वेरीफाइंग कि इहदा की एग्जैक्टली इहदा परपज की सी कि फॉर ब्रैंडिशिंग परपजली सीगा या फिर मतलब जिदा अजकल स्टूडेंट्स नू ग्लोरीफिकेशन का शौक हुंदा उहदे रिगार्डिंग या फिर इहदा कोई होर इहदे च कोई क्रिमिनल एक्टिविटीज़ च वी इहदा लिंक्स वगैरह है जी उम्र इहदी किन्नी है इहदी उम्र 21 साल है स्टूडेंट है स्टूडेंट वेपन कितों आए आप इन्होंने प्रोफेसर कोलों पेरेंट्स को पेरेंट्स का हम बैकग्राउंड ये है कि नॉर्मल पोल्ट्री फार्म्स ने ठीक है नॉर्मल बैकग्राउंड है तो उदा ही स्टूडेंट इन्हों के प्रोफेसर जो गल की दे सैड कि ही वॉज नॉट रेगुलर इन द क्लास ये रेगुलर नहीं सीगा क्लास से एंड मोस्ट ऑफ द टाइम एबसेंट रहा 10 तरीक तो कल तो इन्हों के एग्जाम्स भी शुरू है तो यदि परसेंटेज भी मतलब जी अटेंडेंस परसेंटेज है वो भी काफ़ी शॉर्ट सी तो उन्होंने वालों तो बस इन्या ही दसया गया बाकी क्रिमिनल रिकॉर्ड वी आर चैकिंग पास रिकॉर्ड एज सच कोई नहीं अजे तक यदा सामने आया रहने वाला अमृतसर ਦਾ ਹੀ ਹੈ ਪੇਰੈਂਟਸ ਨਾਲ ਗੱਲ ਹੋਈ ਹੈ ਇਸ ਦੇ ਬੱਚਾ ਸੀਗਾ ਇਸ ਦੇ ਪੇਰੈਂਟਸ ਨਾਲ ਗੱਲ ਹੋਈ ਹੈ ਕਿ ਪਹਿਲਾਂ ਕੋਈ ਇਨਵੋਲਵ ਹੋਏਗਾ ਸੀਗਾ ਜਾਂ ਕਿਸ ਤਰ੍ਹਾਂ ਦੀਆਂ ਹਰਕਤਾਂ ਸੀਗੀਆਂ ਘਰ ਦੇ ਵਿੱਚ ਕਿਦਾਂ ਦਾ ਸਲੂਕ ਸੀਗਾ ਪੇਰੈਂਟਸ ਦੇ ਨਾਲ ਗੱਲਬਾਤ ਹੋਈ ਪੇਰੈਂਟਸ ਸੈਡ ਕਿ ਸਾਡੇ ਵੱਲੋਂ ਤੇ ਬੱਚਾ ਕਾਲਜ ਪੜਨ ਨਹੀਂ ਜਾਂਦਾ ਸੀਗਾ ਲਾਅ ਦਾ ਸਟੂਡੈਂਟ ਸੀ ਦੇ ਵਰ ਵੈਰੀ ਪ੍ਰਾਊਡ ਕਿ ਦੀ ਐਡਮਿਸ਼ਨ ਹੋਈ ਐਂਡ ਉਹ 3rd ਇਅਰ ਤੱਕ ਮਤਲਬ ਵਧੀਆ ਆਪਣਾ ਕਰਦਾ ਪਿਆ ਸੀ ਉਹਨਾਂ ਨੂੰ ਇਸ ਬਾਰੇ ਕੋਈ ਨੋਲੇਜ ਅਜੇ ਤੱਕ ਜਿਹੜਾ ਉਹਨਾਂ ਦੇ ਦੱਸਣ ਮੁਤਾਬਿਕ ਨਹੀਂ ਸੀ ਅੱਛਾ ਹੁਣ ਤੱਕ ਖਾਲਸਾ ਕਾਲਜ ਦੇ ਆਸ-ਪਾਸ ਜਾਂ ਅੰਮ੍ਰਿਤਸਰ ਦੇ ਵਿੱਚ ਜਾਂ ਹੋਰ ਖਾਲਸਾ ਕਾਲਜ ਦੇ ਅੰਦਰ ਕੋਈ ਇਸਨੇ ਕੋਈ ਇਸ ਤਰ੍ਹਾਂ ਦੀ ਘਟਨਾ ਨੂੰ ਅੰਜਾਮ ਦਿੱਤਾ ਹੋਵੇ ਜਾਂ ਗੋਲੀ ਚਲਾਈ ਹੋਵੇ ਜਾਂ ਕੁਝ ਵੀ ਇਸ ਤਰ੍ਹਾਂ ਕੋਈ ਸਾਹਮਣੇ ਨਹੀਂ ਇਹਦਾ ਦੀ ਗੱਲਬਾਤ ਅਜੇ ਤੱਕ ਕੋਈ ਸਾਹਮਣੇ ਨਹੀਂ ਆਈ ਕਿ ਇਹਦਾ ਵੈਪਨ ਦਾ ਇਹਨੇ ਯੂਜ਼ ਕੀਤਾ ਹੋਵੇ ਬਾਕੀ ਵੀ ਆਰ ਚੈਕਿੰਗ ਦੈਟ ਕਿ ਇਹ ਵੈਪਨਸ ਦਾ ਜੇ ਇਨ ਕੇਸ ਮੰਗਵਾਏ ਸੀਗੇ ਫॉर ਵਾਟ ਪਰਪਸ ਤੇ ਆਪਾਂ ਉਹ ਚੈੱਕ ਕਰ ਰਹੇ ਹਾਂ ਕਿ ਇਹਦਾ ਕੀ ਸੀਗਾ ਐਗਜ਼ੈਕਟਲੀ ਗੈਂਗਸਟਰ ਦੇ ਨਾਲ ਕੋਈ ਸਬੰਧ ਆਏ ਨਹੀਂ ਕਿਉਂਕਿ ਗੈਂਗਸਟਰ ਕੀ ਕਰਦੇ ਨੇ ਬੱਚਿਆਂ ਨੂੰ ਥੋੜਾ ਜਿਹਾ ਲਾਲਚ ਦੇ ਕੇ ਉਹਨਾਂ ਕੋਲੋਂ ਹੀ ਜਿਹੜੀ ਸਮਗਲਿੰਗ ਹੈ ਉਹ ਕਰਵਾਉਂਦੇ ਨੇ ਚਾਹੇ ਅਸੀਂ ਹੈਰੋਇਨ ਦੀ ਗੱਲ ਕਰ ਲਈਏ ਨਸ਼ੇ ਦੀ ਗੱਲ ਕਰ ਲਈਏ ਚਾਹੇ ਅਸੀਂ ਪਿਸਟਲ ਦੀ ਗੱਲ ਕਰ ਲਈਏ ਇਸ ਤਰ੍ਹਾਂ ਦੀ ਕੋਈ ਲਿੰਕ ਸਾਹਮਣੇ ਆਇਆ ਕਿ ਕਿਸੇ ਗੈਂਗਸਟਰ ਨਾਲ ਇਸ ਦੇ ਲਿੰਕ ਸੀਗੇ ਸੀ ਇਨਵੈਸਟੀਗੇਸ਼ਨ ਇਜ਼ ਐਟ ਵੈਰੀ ਪ੍ਰੀਲਿਮਿਨਰੀ ਸਟੇਜ ਅਜੇ 21 ਦਿਨ ਦਾ ਸਿਰਫ ਰਿਮਾਂਡ ਸਾਨੂੰ ਮਿਲਿਆ ਅਤੇ ਉਹਦੇ 'ਚ ਆਪਾਂ ਇੱਕ ਹੋਰ ਵੈਪਨ ਅਜੇ ਡਿਸਕਵਰ ਮਤਲਬ ਕਿ ਉਹਦੇ 'ਚੋਂ ਬਰਾਮਦ ਕੀਤਾ ਅਤੇ ਜਿਹੜੀ ਇਹ ਵਾਲੀ ਗੱਲ ਹੈਗੀ ਇਹ ਵੈਰੀਫਿਕੇਸ਼ਨ ਦਾ ਪਾਰਟ ਹੈ ਇਨਵੈਸਟੀਗੇਸ਼ਨ ਦਾ ਪਾਰਟ ਹੈ ਜਦੋਂ ਵੀ ਕੋਈ ਚੀਜ਼ ਸਾਹਮਣੇ ਆਏਗੀ ਆਈ ਸ਼ੇਅਰ ਇਟ ਸ਼ੋਅ ਦ ਡਿਟੇਲ ਥੋੜਾ ਜਿਹਾ ਇਹ ਇਹਨੇ ਸ਼ੁਰੂਆਤੀ ਚਲੋ ਤਾਂ ਡੀਜ਼ ਇਨਵੈਸਟੀਗੇਸ਼ਨ ਚੱਲ ਰਹੀ ਕਿ ਇਹ ਪਾਕਿਸਤਾਨੋਂ ਮੰਗਵਾਏ ਹੋ ਸਕਦੇ ਆ ਜਾਂ ਕਿਸੇ ਇਧਰੋਂ ਯੂਪੀ ਬਿਹਾਰ ਤੋਂ ਜਿਹੜੇ ਵੈਪਨ ਆਏ ਹੋ ਇਹ ਕ੍ਰਾਸ ਬਾਰਡਰ ਸਮਗਲਿੰਗ ਦਾ ਪਾਰਟ ਹੈਗੇ ਆ ਜਾਂ ਫਿਰ ਇਹ ਨੀਅਰ ਬਾਈ ਕਿਸੇ ਗੈਂਗਸਟਰਸ ਦੇ ਜਿੱਦਾਂ ਤੁਸੀਂ ਯੂਪੀ ਬਿਹਾਰ ਕਹਿ ਰਹੇ ਹੋ ਉਹਨਾਂ ਦੇ ਨਾਲ ਲਿੰਕ ਕਰਕੇ ਇੱਧਰ ਆਏ ਵੀ ਆਰ ਚੈਕਿੰਗ ਦੈਟ ਪਾਰਟ ਆਲਸੋ ਆਪਾਂ ਡਿਫਰੈਂਟ ਡਿਫਰੈਂਟ ਚੀਜ਼ਾਂ ਐਕਸਪਲੋਰ ਕਰ ਰਹੇ ਕਿਉਂਕਿ ਬੱਚੇ ਕੋਲੋਂ ਇਦਾਂ ਦੇ ਵੈਪਨਸ ਵਗੈਰਾ ਬਰਾਮਦ ਹੋਣਾ ਬਹੁਤ ਵੱਡੀ ਗੱਲ ਹੁੰਦੀ ਹੈ ਇਹ ਸਾਡਾ ਯੂਥ ਹੈ ਜਿਹੜੇ ਕੱਲ੍ਹ ਨੂੰ ਸਾਡਾ ਫਿਊਚਰ ਬਣਨਾ
ਸੋ ਦੈਟ ਪਰਪਸ ਆਪਾਂ ਹਰ ਇੱਕ ਪਾਰਟ ਨੂੰ ਐਕਸਪਲੋਰ ਕਰ ਰਹੇ ਕੋਈ ਇਦਾਂ ਦੀ ਗੱਲਬਾਤ ਕਿਤੋਂ ਵੀ ਕੋਈ ਇਦਾਂ ਦਾ ਲਿੰਕ ਤੇ ਨਹੀਂ ਸਾਹਮਣੇ ਆਉਂਦਾ ਕੋਈ ਨਸ਼ਾ ਬਰਾਮਦ ਹੋਇਆ ਕਿਤੇ ਵੀ ਨਸ਼ਾ ਨਹੀਂ ਬਰਾਮਦ ਇਹ ਕਰਦਾ ਸੀ ਲੜਕਾ ਨਹੀਂ ਐਸਾ ਚ ਕੋਈ ਗੱਲ ਸਾਹਮਣੇ ਨਹੀਂ ਆਈ ਸਕੂਲ ਦਾ ਕੋਈ ਹੁਣ ਤੱਕ ਇਹ ਨਹੀਂ ਆ ਦੱਸਿਆ ਕਿ ਕਾਲਜ ਦੇ ਵਿੱਚ ਕੋਈ ਹੋਰ ਇਹਦੇ ਨਾਲ ਇਨਵੋਲਵ ਹੈਗਾ ਜਿਹਦੇ ਬਾਰੇ ਦੱਸਣਾ ਚਾਹੁੰਦਾ ਹੋਵੇ ਜਾਂ ਦੱਸ ਦੇ ਵਿੱਚ ਕੁਝ ਦੇਰ ਤੱਕ ਨਹੀਂ ਨਹੀਂ ਅਜੇ ਤੱਕ ਕੋਈ ਨਹੀਂ ਬਿਕਾਜ਼ ਹੀ ਵਾਸ ਨਾਟ ਅ ਰੈਗੂਲਰ ਸਟੂਡੈਂਟ ਇਨ ਦਾ ਸਕੂਲ ਇਹ ਸਕੂਲ 'ਚ ਰੈਗੂਲਰ ਨਹੀਂ ਸੀਗਾ ਇਹਨਾਂ ਅਤੇ ਜਿਹੜੇ ਬੱਚਿਆਂ ਦੇ ਜਿਹੜੇ ਇਹਨਾਂ ਦੇ ਖਾਲਸਾ ਕਾਲਜ ਓਕੇ ਮੈਮ